ਹਾਲੇਲੂਯਾ ਹਾਲੇਲੂਯਾ। ਤੇ ਹਾਲੇਲੂਯਾ। ਪਿੱਛੇ ਬੀਤੇ ਦਿਨ ਸਾਡੇ ਨੇ ਬਹੁਤ ਹੀ ਪਿਆਰੇ ਭਾਈ ਬ੍ਰਦਰ ਕ੍ਰਿਸ ਆਏ ਹੋਏ ਸੀਗੇ ਇੱਥੇ ਆਪਣੇ ਪੰਜਾਬ ਦੇ ਵਿੱਚ। ਉਹਨਾਂ ਨੇ ਕ੍ਰਿਸ ਨਾਇਡੂ ਉਹਨਾਂ ਨੇ ਆਪਣੀਆਂ ਗਵਾਹੀਆਂ ਸ਼ੇਅਰ ਕੀਤੀਆਂ। ਹਾਲੇਲੂਯਾ। ਤੇ ਮੈਂ ਉਹਨਾਂ ਦੀਆਂ ਗਵਾਹੀਆਂ ਨੂੰ ਸੁਣ ਰਿਹਾ ਸੀ। ਜਦ ਮੈਂ ਉਹਨਾਂ ਦੀ ਗਵਾਹੀਆਂ ਨੂੰ ਸੁਣਿਆ ਤੇ ਵਾਕਈ ਹੀ ਸਾਡਾ ਆਤਮਾ ਜਿਹੜਾ ਹੈਗਾ ਉੱਪਰ ਨੂੰ ਉੱਠਦਾ ਹੈ। ਆਮੇਨ। ਹਾਲੇਲੂਯਾ। ਹਾਲੇਲੂਯਾ। ਉਹਨਾਂ ਨੇ ਗਵਾਹੀ ਦਿੱਤੀ ਕਿ ਮੇਰੇ ਮਿਸਿਸ ਦੇ ਇਹ ਪੇਟ ਦੇ ਵਿੱਚ ਇੱਕ ਪੱਥਰੀ ਸੀ। ਹਾਲੇਲੂਯਾ। ਡਾਕਟਰ ਨੇ ਉਹਨੂੰ ਸਕੈਨ ਕੀਤਾ ਸੀ, ਉਹਦੇ ਵਿੱਚ ਬਹੁਤ ਵੱਡੀ ਇੱਕ ਪੱਥਰੀ ਦੇਖੀ ਗਈ ਸੀ। ਹਾਲੇਲੂਯਾ। ਉਹਦਾ ਆਪਰੇਸ਼ਨ ਹੋਣਾ ਸੀਗਾ ਤੇ ਜਦ ਡਾਕਟਰ ਦੇ ਕੋਲ ਉਹਨੂੰ ਆਪਰੇਸ਼ਨ ਦੇ ਲੈ ਕੇ ਗਏ, ਕਹਿੰਦੇ ਕਿ ਅਸੀਂ ਆਪਰੇਸ਼ਨ ਤੋਂ ਪਹਿਲਾਂ ਅਸੀਂ ਸਾਰੇ ਪਰਿਵਾਰ ਨੇ ਇੱਕ ਹਫਤਾ ਮਿਲ ਕੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਅਸੀਂ ਉਪਵਾਸ ਕੀਤੇ। ਹਾਲੇਲੂਯਾ। ਉਪਵਾਸ ਕੀਤੇ। ਜਿਸ ਦਿਨ ਆਪਰੇਸ਼ਨ ਸੀਗਾ ਕਿ ਸਾਨੂੰ ਪ੍ਰਭੂ ਵੱਲੋਂ ਇਹ ਸੀਗਾ ਕਿ ਅਸੀਂ ਪ੍ਰਭੂ ਨੂੰ ਕਿਹਾ ਕਿ ਪ੍ਰਭੂ ਆਪਰੇਸ਼ਨ ਦੀ ਨੌਬਤ ਨਾ ਆਵੇ। ਹਾਲੇਲੂਯਾ। ਤੇ ਪਰ ਇਦਾਂ ਹੋਇਆ ਜਦੋਂ ਆਪਰੇਸ਼ਨ ਕਰਨ ਲਈ ਆਪਣੇ ਆਪਰੇਸ਼ਨ ਥੀਏਟਰ ਦੇ ਵਿੱਚ ਗਏ ਤੇ ਡਾਕਟਰਾਂ ਨੇ ਮਨ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਕੀ ਆਇਆ, ਉਹਨਾਂ ਨੇ ਕਿ ਇੱਕ ਵਾਰੀ ਫਿਰ ਤੋਂ ਸਕੈਨ ਅਸੀਂ ਕਰ ਲੈਂਦੇ ਹਾਂ। ਹਾਲੇਲੂਯਾ। ਤੇ ਡਾਕਟਰ ਨੇ ਜਦੋਂ ਉਸ ਉਹਨਾਂ ਦੀ ਮਿਸਿਸ ਦੀ ਸਕੈਨਿੰਗ ਕਰਨੀ ਸ਼ੁਰੂ ਕੀਤੀ, ਉਹ ਸਕੈਨਿੰਗ ਕਰਦੇ ਕਰਦੇ ਉਹਨਾਂ ਨੇ ਮਤਲਬ ਕਿ 2 ਦੀ ਬਜਾਏ 4-5 ਮਿੰਟ ਲੱਗ ਗਏ। ਬੜੀ ਉਹਨਾਂ ਨੇ ਗਹਿਰਾਈ ਦੇ ਨਾਲ ਸਕੈਨਿੰਗ ਕੀਤੀ। ਉਹ ਕਹਿੰਦੇ ਅਸੀਂ ਪਿਛਲੀ ਵਾਰੀ ਇੱਥੇ ਤਾਂ ਪੱਥਰੀ ਦੇਖੀ ਸੀ, ਇੱਥੇ ਦੇਖੀ ਸੀ, ਇੱਥੇ ਦੇਖੀ ਸੀ, ਉਹ ਕਿਤੇ ਵੀ ਪੱਥਰੀ ਦੇਖੀ ਦਿਖੀ। ਹਾਲੇਲੂਯਾ। ਹਾਲੇਲੂਯਾ। ਪ੍ਰਭੂ ਦਾ ਧੰਨਵਾਦ ਕਰਦਾ, ਪ੍ਰਭੂ ਦਾ ਸ਼ੁਕਰ ਕਰਦਾ। ਜਦ ਉਹ ਪੁਲਪਿਟ ਤੋਂ ਇਸ ਗੱਲ ਨੂੰ ਗਵਾਹੀ ਨੂੰ ਸ਼ੇਅਰ ਕਰ ਰਹੇ ਸੀ, ਹਾਲੇਲੂਯਾ, ਤੇ ਉਹ ਪਵਿੱਤਰ ਆਤਮਾ ਮੈਨੂੰ ਇਦਾਂ ਲੱਗਦਾ ਸੀ ਰੂਬ ਰੂਬ ਮੇਰੇ ਨਾਲ ਗੱਲ ਕਰ ਰਿਹਾ ਸੀ। ਹਾਲੇਲੂਯਾ। ਕਿਉਂਕਿ ਪਿਛਲੇ ਬੀਤੇ ਦਿਨ, ਕਿਉਂਕਿ ਪ੍ਰਭੂ ਗਵਾਹੀਆਂ ਸਾਡੇ ਜੀਵਨ ਤੇ ਉਤਪੰਨ ਕਰਦਾ ਹੈ। ਹਾਲੇਲੂਯਾ। ਇਹ ਬ੍ਰਦਰ ਇਸ ਚੀਜ਼ ਦੇ ਗਵਾਹ ਹਨ ਕਿ ਮੇਰੇ ਵੀ ਰਾਤ ਨੂੰ ਮੇਰੀ ਇੱਕ ਵਾਰ ਤਬੀਅਤ ਇੰਨੀ ਖਰਾਬ ਹੋ ਗਈ ਕਿ ਪੂਰੀ ਰਾਤ ਮੈਂ ਸੁੱਤਾ ਨਹੀਂ, ਮੇਰੇ ਬਹੁਤ ਦਰਦ ਹੋਈ। ਮੈਨੂੰ ਵੀ ਮਨ ਦੇ ਵਿੱਚ ਸੀਗਾ ਕਿ ਪੱਥਰੀ ਦੀ ਇਹ ਦਰਦ ਹੈ, ਤੇ ਬ੍ਰਦਰ ਕੋਲੋਂ ਮੈਂ ਪ੍ਰਾਰਥਨਾ ਕਰਵਾਈ ਤੇ ਬ੍ਰਦਰ ਨੇ ਮੈਨੂੰ ਹੌਸਲਾ ਦਿੱਤਾ। ਤੇ ਜਦ ਮੈਂ ਕੁਛ ਚਿਰ ਬਾਅਦ ਆਪਣੇ ਸਕੈਨਿੰਗ ਲਈ ਗਿਆ ਤੇ ਡਾਕਟਰ ਨੇ ਮੈਨੂੰ ਵੀ ਉਹ ਜੈਲ ਲਾ ਲਾ ਕੇ ਉੱਥੇ ਮੈਨੂੰ 5 ਦੀ ਬਜਾਏ 10 ਮਿੰਟ ਲਾਏ ਕਿ ਪੱਥਰੀ ਮਿਲ ਜਾਏ। ਹਾਲੇਲੂਯਾ। ਪਰ ਪ੍ਰਭੂ ਦੀ ਏਡੀ ਵੱਡੀ ਬਰਕਤ ਹੋਈ, ਪੱਥਰੀ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ। ਹਾਲੇਲੂਯਾ। ਉਹ ਗਵਾਹੀ ਸਿੱਧੀ ਮੇਰੇ ਨਾਲ ਅਟੈਚ ਸੀ, ਮੈਨੂੰ ਇਦਾਂ ਲੱਗ ਰਿਹਾ ਸੀ ਪ੍ਰਭੂ ਮੇਰੇ ਨਾਲ ਗੱਲ ਕਰ ਰਿਹਾ। ਹਾਲੇਲੂਯਾ। ਤੇ ਪ੍ਰਭੂ ਹੀ ਸਾਡੇ ਜੀਵਨ 'ਚ ਗਵਾਹੀਆਂ ਨੂੰ ਉਤਪੰਨ ਕਰਦਾ ਹੈ ਤੇ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਤੇ ਸਾਡੇ ਜੀਵਨ ਦੇ ਵਿੱਚ ਉਹ ਜਲਦੀ ਹੋਈ ਝਾੜੀ ਆਈ ਹੈ। ਆਮੇਨ। ਹਾਲੇਲੂਯਾ। ਹਾਲੇਲੂਯਾ। ਉਹ ਜਲਦੀ ਹੋਈ ਝਾੜੀ ਸਾਡੇ ਜੀਵਨ 'ਚ ਕਿੱਦਾਂ ਆਈ ਹੈ? ਹਾਲੇਲੂਯਾ। ਮੈਂ ਕਹਿੰਦਾ ਸਾਰਿਆਂ ਦੇ ਜੀਵਨ 'ਚ ਉਹ ਜਲਦੀ ਹੋਈ ਝਾੜੀ ਆਈ ਹੈ, ਜਦੋਂ ਮੂਸਾ ਨੇ ਦਰਸ਼ਨ ਦੇਖਿਆ ਸੀ ਜਲਦੀ ਹੋਈ ਝਾੜੀ ਦਾ। ਹਾਲੇਲੂਯਾ। ਜਦੋਂ ਅਸੀਂ ਪ੍ਰਭੂ ਦੇ ਵਿੱਚ ਆਏ ਹਾਂ, ਪਵਿੱਤਰ ਆਤਮਾ ਨੇ ਆ ਕੇ ਖੁਦ ਸਾਨੂੰ ਖਿੱਚ ਪਾਈ, ਉਹੀ ਸਾਡੇ ਜੀਵਨ ਦੇ ਵਿੱਚ ਜਲਦੀ ਹੋਈ ਝਾੜੀ ਸੀ। ਆਮੇਨ। ਹਾਲੇਲੂਯਾ। ਪ੍ਰਭੂ ਦਾ ਬਹੁਤ ਧੰਨਵਾਦ ਕਰਦੇ ਹਾਂ, ਪ੍ਰਭੂ ਦਾ ਸ਼ੁਕਰ ਕਰਦੇ ਹਾਂ, ਪ੍ਰਭੂ ਦੀ ਮਹਿਮਾ ਕਰਦੇ ਹਾਂ ਕਿ ਸਾਡੇ ਜੀਵਨ 'ਚ ਉਹਨੇ ਸਾਨੂੰ ਆਪ ਚੁਣਿਆ ਹੈ। ਆਮੇਨ। ਹਾਲੇਲੂਯਾ। ਅਸੀਂ ਨਹੀਂ, ਉਹਨੇ ਖੁਦ ਸਾਨੂੰ ਚੁਣਿਆ ਹੈ। ਹਾਲੇਲੂਯਾ।